सत श्री अकाल जी सारिआं नूं। मेरा नाम संगीत तूर है। मैं लुधियाणा नूं बिलोंग करदी हाँ ते मैं अज कल चंडीगढ़ रहिंदी हाँ। मेरा पिंड मटरां संगरूर डिस्ट्रिक्ट दे विच है। मैं 25 सितंबर 2020 तों लै के ही इस मूवमेंट दे नाल जुड़ी हुई हाँ ते इस चीज़ ने इस मूवमेंट ने मैनू सिर्फ अपने आप नाल ही नहीं जोड़िया, इस मूवमेंट ने मैनू इस धरती दे नाल पंजाब दे नाल भी जोड़िया है जिथे कि मैं बहुत साल रही हाँ। तो उस तो बाद मेरी जिहड़ी एजुकेशनल क्वालिफिकेशन आ ओह मास्टर्स इन साइंस इन साइबर सिक्योरिटी जॉर्ज वाशिंगटन यूनिवर्सिटी अमेरिका तो है। उत्थे काम करन तो बाद ते 8-10 साल रहन तो बाद मैं 2018 दे विच वापस आई ते मेरा प्लान जिहड़ा सीगा वो वापस ही जाण दा सीगा। पर जदों तो मूवमेंट यह शुरू हुई मैनू रियलाइज़ होया कि मैं पहली बारी है कि मैं पंजाब दे विच रह रही हाँ। वो पंजाब जिहदे बारे जिहदी हिस्ट्री बारे मैं जिन्ना कुछ सुनिया है जिन्ना कुछ जाणिया छोटे हुंदिया वह पहली बारी मैनू मेरिया अखां दे सामने देखण लई मिलिया तां मैनू रियलाइज़ होया कि ਇਹ ਜਗ੍ਹਾ ਹੈ ਜਿਹਨੂੰ ਮੈਂ ਬਿਲੋਂਗ ਕਰਨਾ ਚਾਹੁੰਦੀ ਹਾਂ। ਪਰ ਉਹ ਜਿਹੜੀ ਬਿਲੋਂਗਿੰਗ ਆ ਉਹ ਸਿਰਫ ਬਿਲੋਂਗ ਕਰਨ ਦੇ ਨਾਲ ਜਾਂ ਡਿਮਾਂਡ ਕਰਨ ਦੇ ਨਾਲ ਨਹੀਂ ਆਉਂਦੀ, ਉਹਦੇ ਲਈ ਕੰਮ ਵੀ ਬਹੁਤ ਕਰਨਾ ਪੈਂਦਾ ਹੈ। ਅਤੇ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਇੱਕ ਨਿਭਾਇਆ ਗਿਆ ਹੈ ਉਹ ਮੂਵਮੈਂਟ ਦੇ ਵਿੱਚ ਜਿਸ ਹਿਸਾਬ ਨਾਲ ਲੀਡਰਸ਼ਿਪ ਨੇ ਇਸ ਚੀਜ਼ ਨੂੰ ਮੋਲਡ ਕੀਤਾ, ਉਹਨਾਂ ਨੇ ਜਿਹੜੇ ਮਤਲਬ ਮੈਂ ਉਹਨਾਂ ਦੀਆਂ ਸਪੀਚਸ ਸੁਣੀਆਂ ਨੇ ਮੋਰਚਿਆਂ 'ਤੇ ਜਾ ਕੇ। ਹਾਲਾਂਕਿ ਮੇਰੀ ਜਿਹੜੀ ਜੋਬ ਹੈ ਉਹ ਟੈਕ ਇੰਡਸਟਰੀ ਦੇ ਵਿੱਚ ਹੀ ਆ, ਪਰ ਮੈਂ ਆਪਣੇ ਪੰਜਾਬ ਨੂੰ ਹੋਰ ਜਾਣਨਾ ਚਾਹੁੰਦੀ ਸੀ, ਆਪਣੇ ਲੋਕਾਂ ਨੂੰ ਜਾਣਨਾ ਚਾਹੁੰਦੀ ਸੀ ਅਤੇ ਇਸ ਕ੍ਰਾਈਸਿਸ ਨੂੰ ਜਾਣਨਾ ਚਾਹੁੰਦੀ ਸੀਗੀ। ਅਤੇ ਉਹਦੇ ਲਈ ਮੈਂ ਹਰ ਵੀਕਐਂਡ 'ਤੇ ਸ਼ਨੀਵਾਰ ਐਤਵਾਰ ਸੰਗਰੂਰ ਮਾਨਸਾ ਬਠਿੰਡਾ ਮੋਗਾ ਇੱਧਰ ਜਾਂਦੀ ਰਹੀ ਹਾਂ ਚੰਡੀਗੜ੍ਹ ਤੋਂ ਰੈਗੂਲਰਲੀ, ਸਿਰਫ ਇਸ ਲਈ ਕਿਉਂਕਿ ਮੈਂ ਲੀਡਰਸ਼ਿਪ ਨੂੰ ਸੁਣਨਾ ਚਾਹੁੰਦੀ ਸੀ, ਸਾਡੇ ਬੁਲਾਰਿਆਂ ਨੂੰ ਸੁਣਨਾ ਚਾਹੁੰਦੀ ਸੀ, ਸਾਡੇ ਲੋਕਾਂ ਨੂੰ ਸੁਣਨਾ ਚਾਹੁੰਦੀ ਸੀ ਜਿਹੜੇ ਕਿ ਉੱਥੇ ਬੈਠੇ ਨੇ। ਅਤੇ ਉਸ ਚੀਜ਼ ਨੇ ਇੱਕ ਮੈਨੂੰ ਅੰਦਰੋਂ ਝੰਜੋੜਿਆ ਕਿ ਸਾਨੂੰ ਸਾਡੇ ਪੰਜਾਬ ਦੇ ਲਈ ਕੰਮ ਕਰਨ ਦੀ ਬੜੀ ਲੋੜ ਆ। ਉਸ ਲੋੜ ਦੇ ਵਿੱਚੋਂ ਹੀ ਇਹ ਨਿਕਲਿਆ ਕਿ ਮੈਨੂੰ ਮੌਕਾ ਮਿਲਿਆ ਕਿ ਮੈਂ ਵਾਇਰ ਅਤੇ ਕਾਰਵਾਂ ਦੇ ਲਈ ਲਿਖਾਂ, ਜਿਹੜੇ ਕਿ ਸਾਡੇ ਬੜੇ ਅੱਛੇ ਮੈਗਜ਼ੀਨਸ ਨੇ, ਨੈਸ਼ਨਲ ਮੈਗਜ਼ੀਨਸ ਨੇ, ਅਤੇ ਜਿਹੜੇ ਕਿ ਸਾਡੀ ਜਿਹੜੀ ਵੋਇਸ ਆ ਉਹਨੂੰ ਸਾਡੇ ਦੇਸ਼ ਤੋਂ ਬਾਹਰ ਤੱਕ ਵੀ ਪਹੁੰਚਾਉਂਦੇ ਨੇ। ਜਿਹੜਾ ਕਿ ਕੰਮ ਸਾਡੇ ਸੋ ਕਾਲ ਨੈਸ਼ਨਲ ਮੀਡੀਆ ਨੇ ਕਰਨਾ ਉਹ ਇਹ ਦੋ ਅਖਬਾਰਾਂ ਜਿਹੜੀਆਂ ਨੇ ਅਤੇ ਥੋੜ੍ਹੇ ਜਿਹੇ ਹੋਰ ਵੀ ਅਦਾਰੇ ਨੇ ਇਹ ਰੈਗੂਲਰਲੀ ਕਰਦੇ ਨੇ। ਅਤੇ ਉਹਦੇ ਵਿੱਚ ਮੈਂ ਪਹਿਲਾਂ ਮੇਰਾ ਆਰਟੀਕਲ ਪਬਲਿਸ਼ ਹੋਇਆ ਜਿਹੜਾ ਕਿ ਪਗੜੀ ਸੰਭਾਲ ਜੱਟਾ ਲਹਿਰ ਬਾਰੇ ਸੀਗਾ। ਉਸ ਚੀਜ਼ ਨੇ ਮੈਨੂੰ ਹਿਸਟਰੀ ਨਾਲ ਤਾਂ ਜੋੜਿਆ ਹੀ ਜੋੜਿਆ, ਕਿਉਂਕਿ ਉਹ ਜੁੜਨਾ ਬਹੁਤ ਜ਼ਰੂਰੀ ਸੀ ਅੱਜ ਦੇ ਪ੍ਰੈਜ਼ੈਂਟ ਦੇ ਨਾਲ ਜੁੜਨ ਦੇ ਲਈ। ਅਤੇ ਉਸ ਤੋਂ ਬਾਅਦ ਜਦੋਂ ਇਹ ਮੂਵਮੈਂਟ ਜਿਹੜੀ ਆ ਜਦੋਂ ਸਾਡਾ ਮੋਰਚਾ ਦਿੱਲੀ ਦੇ ਬਾਰਡਰ ਦੇ ਉੱਤੇ ਆ ਕੇ ਲੱਗ ਗਿਆ ਤਾਂ ਲੋਕਾਂ ਨੂੰ ਦੇਖਿਆ ਮੈਂ, ਤਾਂ ਮੈਨੂੰ ਅੰਦਰੋਂ ਇੱਕ ਬੜਾ ਫੀਲ ਹੋਇਆ ਕਿ ਹੁਣ ਵਾਪਸ ਨਹੀਂ ਜਾਣਾ, ਹੁਣ ਇੱਥੇ ਬਹੁਤ ਸਾਰਾ ਕੰਮ ਕਰਨ ਵਾਲਾ, ਸਿਰਫ ਮੂਵਮੈਂਟ ਦੇ ਲਈ ਨਹੀਂ, ਲੋਸ ਤਾਂ ਅਸੀਂ ਰਿਪੀਲ ਕਰਾ ਕੇ ਹੀ ਰਹਾਂਗੇ, ਪਰ ਇਸ ਤੋਂ ਬਾਅਦ ਵੀ ਜਿਹੜਾ ਸਾਡਾ ਐਗਰੀਰੀਅਨ ਕ੍ਰਾਈਸਿਸ ਆ, ਜਿਹੜੀ ਸਾਡੀ ਫਾਰਮਿੰਗ ਆ, ਇਕੋਲੋਜੀਕਲ ਫਾਰਮਿੰਗ ਆ, ਜਿਹੜੀਆਂ ਸੋਸ਼ਲ ਚੇਂਜਿਸ ਅੱਜ ਆਪਾਂ ਗਰਾਊਂਡ 'ਤੇ ਦੇਖੀਆਂ ਨੇ, ਉਹਨਾਂ ਨੂੰ ਜਾਰੀ ਰੱਖਦਿਆਂ ਹੋਇਆਂ ਪੰਜਾਬ ਦੇ ਵਿੱਚ ਕੰਮ ਕਰਨਾ ਬੜਾ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ ਉਹਨੂੰ ਪਾਈਏ। ਇਹਦੇ ਵਿੱਚ ਇਹ ਜਿਹੜਾ ਮੈਨੂੰ ਆਪਣੇ ਅੰਦਰ ਲੱਗਿਆ ਕਿ ਇਹ ਕੰਮ ਮੇਰਾ ਮੈਂ ਕਰਨਾ, ਜਿੰਨਾ ਕੁ ਵੀ ਮੈਂ ਕਰ ਸਕਦੀ ਹਾਂ ਉਨਾ ਕੁ ਮੈਂ ਕਰਨਾ। ਇੱਕ ਹੁੰਦਾ ਕਿ ਆਪਾਂ ਹਿਸਟਰੀ ਬਣਾ ਰਹੇ ਹਾਂ, ਆਪਾਂ ਸਾਰੇ ਜਣੇ ਇੱਥੇ ਬਹਿ ਕੇ ਹਿਸਟਰੀ ਬਣਾ ਰਹੇ ਹਾਂ, ਆਪਾਂ ਆਪਸ 'ਚ ਜੁੜ ਕੇ ਇੱਥੇ ਹਿਸਟਰੀ ਬਣਾ ਰਹੇ ਹਾਂ। 32 ਜਥੇਬੰਦੀਆਂ ਜਦੋਂ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਇਕੱਠੇ ਹੋ ਕੇ ਜਿਹੜੇ ਸਾਂਝੇ ਪ੍ਰੋਗਰਾਮ ਦਿੱਤੇ ਸੀ ਉਹਦੇ ਨਾਲ ਇੱਕ ਹਿਸਟਰੀ ਜਿਹੜੀ ਆ ਉਹ ਬਣਨ ਦੀ ਸ਼ੁਰੂਆਤ ਵੀ ਹੋਈ, ਲੋਕ ਨਾਲ ਜੁੜੇ ਨੇ, ਔਰਗੇਨਾਈਜ਼ ਹੋਏ ਨੇ। ਪਰ ਇਹ ਜਿਹੜੀ ਹਿਸਟਰੀ ਇਹਨੂੰ ਲਿਖਿਆ ਜਾਣਾ ਬਹੁਤ ਇੰਪੋਰਟੈਂਟ ਆ, ਕਿਉਂਕਿ ਜੇ ਅਸੀਂ ਹਿਸਟਰੀ ਬਣਾ ਲਾਂਗੇ ਸਾਡੇ ਬਿਹਾਫ 'ਤੇ ਕੋਈ ਹਿਸਟਰੀ ਦੱਸੂਗਾ, ਸਾਨੂੰ ਨਹੀਂ ਪਤਾ ਕਿੱਦਾਂ ਦੀ ਦੱਸੂਗਾ। ਸਾਨੂੰ ਅੱਜ ਪਤਾ ਕਿ ਸਾਡੇ ਪ੍ਰੈਜ਼ੈਂਟ ਨੂੰ ਕਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਦੇ ਥਰੂ ਰੈਪ੍ਰਜੈਂਟ ਕੀਤਾ ਜਾ ਰਿਹਾ, ਤਾਂ ਉਹ ਜਿਹੜੀ ਰੈਪ੍ਰਜੈਂਟੇਸ਼ਨ ਆ ਉਹ ਜਿਹੜਾ ਸਾਡਾ ਪ੍ਰੈਜ਼ੈਂਟ ਆ ਅਤੇ ਜਿਹੜਾ ਸਾਡਾ ਕੱਲ੍ਹ ਨੂੰ ਪਾਸਟ ਹੋ ਜੂਗਾ ਉਹਦੇ ਬਾਰੇ ਉਸ ਹਿਸਟਰੀ ਨੂੰ ਲਿਖਣਾ ਬਹੁਤ ਜ਼ਰੂਰੀ ਆ। ਅਤੇ ਇਹ ਇੱਕ ਬੜੀ ਵੱਡੀ ਇੰਸਪੀਰੇਸ਼ਨ ਸੀ ਜਿਹਦੀ ਜਿਸਨੇ ਮੈਂ ਅਤੇ ਮੇਰੀਆਂ ਕੁਛ ਸਹੇਲੀਆਂ ਨੇ ਰਲ ਕੇ ਅਸੀਂ ਸੋਚਿਆ ਕਿ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕਰਾਂਗੇ ਜਿਹਦਾ ਕਿ ਨਾਮ ਕਰਤੀ ਧਰਤੀ ਹੋਏਗਾ। ਉਹ ਇੱਕ ਪਬਲੀਕੇਸ਼ਨ ਹੋਏਗੀ
ਜਿਹਦੇ ਵਿੱਚ ਕਿ ਅਸੀਂ ਜਿਹੜੀਆਂ ਵੱਖ ਵੱਖ ਤਰੀਕੇ ਦੀਆਂ ਵੋਇਸਿਸ ਜਿਹੜੀਆਂ ਮੂਵਮੈਂਟ ਦੇ ਵਿੱਚੋਂ ਹੈ ਨੇ ਉਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਲਿਖਾਂਗੇ ਅਤੇ ਬਾਹਰ ਪਹੁੰਚਾਉਣ ਦੇ ਲਈ ਅਸੀਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਾਂਗੇ ਤਾਂ ਕਿ ਸਾਡੀ ਜਿਹੜੀ ਹਿਸਟਰੀ ਆ ਉਹ ਹਰ ਲੈਂਗੁਏਜ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪਹੁੰਚੇ ਸਾਡੇ ਹਿਸਾਬ ਨਾਲ ਪਹੁੰਚੇ ਅਸੀਂ ਕਿਸੇ ਦੇ ਉੱਤੇ ਡਿਪੈਂਡੈਂਟ ਨਾ ਰਹੀਏ ਕਿ ਸਾਨੂੰ ਕਿਸੇ ਨੇ ਸਹੀ ਤਰ੍ਹਾਂ ਲਿਖਿਆ ਨਹੀਂ ਕਿਉਂਕਿ ਅਸੀਂ ਲਿਖ ਸਕਦੇ ਹਾਂ ਅਤੇ ਅਸੀਂ ਇਹ ਹਿਸਟਰੀ ਆਪ ਹੀ ਲਿਖਾਂਗੇ ਅਤੇ ਇਸ ਚੀਜ਼ ਨੂੰ ਅਲਾਈਵ ਕਰਨ ਦੇ ਲਈ ਇਸ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਲਿਆਉਣ ਦੇ ਲਈ ਜੇ ਅੱਜ ਇਹ ਦਿਨ ਆਇਆ ਹੈ ਕਿ ਅਸੀਂ ਇਸ ਪਬਲੀਕੇਸ਼ਨ ਨੂੰ ਸ਼ੁਰੂ ਕਰ ਸਕੇ ਹਾਂ ਕਰਤੀ ਧਰਤੀ ਨੂੰ ਤਾਂ ਉਹਦੇ ਵਿੱਚ ਯੋਗਦਾਨ ਮੇਰੇ ਨਾਲ ਜਿਹੜੀਆਂ ਮੇਰੀਆਂ ਸਹੇਲੀਆਂ ਨੇ ਮੇਰੀਆਂ ਸਾਥਣਾਂ ਨੇ ਉਹਨਾਂ ਦਾ ਵੀ ਹੈ ਉਹਨਾਂ ਦੇ ਵਿੱਚੋਂ ਨਵਜੀਤ ਜੀ ਹਨ ਅਤੇ ਉਹ ਹੁਣ ਆਪਣਾ ਇੰਟਰੋਡਕਸ਼ਨ ਦੇ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਜੀਤ ਹੈ ਅਤੇ ਮੈਂ ਮੋਗੇ ਜ਼ਿਲ੍ਹੇ 'ਚ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਜੋਗੇ ਵਾਲਾ ਅਤੇ ਮੈਂ ਪੜ੍ਹਾਈ ਤਾਂ ਜ਼ਿਆਦਾ ਮਤਲਬ ਕਹਿ ਲਓ ਇੰਗਲਿਸ਼ ਲਿਟਰੇਚਰ 'ਚ ਕੀਤੀ ਹੈ ਪਰ ਮੇਰਾ ਮੇਨ ਫੋਕਸ ਜਿਹੜਾ ਹੈਗਾ ਡਿਜ਼ਾਇਨ ਦੇ ਵਿੱਚ ਰਿਹਾ। ਮੈਂ ਫਿਲਮਸ ਦੇ ਲਈ ਕੋਸਟਿਊਮਸ ਡਿਜ਼ਾਇਨ ਕਰਦੀ ਹਾਂ ਅਤੇ ਮੈਂ ਗ੍ਰਾਫਿਕ ਡਿਜ਼ਾਇਨਿੰਗ ਦਾ ਵੀ ਕਰਦੀ ਹਾਂ ਅਤੇ ਜਦੋਂ ਮਤਲਬ ਅਸੀਂ ਇਸ ਸਮੇਂ ਦੇ ਅਜਿਹੀ ਮੋੜ ਦੇ ਉੱਤੇ ਹੈਗੇ ਹਾਂ ਕਿ ਜਿਸ ਸਮੇਂ ਦੇ ਜਿੱਥੇ ਅਸੀਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਸਥਿਤੀ ਇਹ ਆ ਚੁੱਕੀ ਹੈਗੀ ਹੈ ਕਿ ਸਾਡੇ ਜਿਹੜੇ ਹੈਗੇ ਮਤਲਬ ਅਸੀਂ ਸਿਰਫ ਔਰਤਾਂ ਦੀ ਜਿਹੜੀ ਗੱਲ ਹੁੰਦੀ ਹੈਗੀ ਆ ਉਹ ਪਹਿਲਾਂ ਇਹ ਕਹੀ ਜਾਂਦੀ ਸੀਗੀ ਕਿ ਜਿਹੜਾ ਫੈਮਨਿਜ਼ਮ ਹੈਗਾ ਹੈ ਉਹ ਸਿਰਫ ਔਰਤਾਂ ਦੇ ਲਈ ਹੈਗਾ ਪਰ ਹੁਣ ਅਸੀਂ ਸਮੇਂ 'ਚ ਇੱਥੇ ਪਹੁੰਚ ਚੁੱਕੇ ਹਾਂ ਕਿ ਜਿਹੜਾ ਫੈਮਨਿਜ਼ਮ ਹੈਗਾ ਉਹ ਮਰਦਾਂ ਦੇ ਲਈ ਵੀ ਓਨਾ ਹੀ ਜ਼ਰੂਰੀ ਹੈ ਕਿ ਜਿਵੇਂ ਇਸ ਧਰਨੇ ਦੇ ਵਿੱਚ ਜੇ ਔਰਤਾਂ ਦੀ ਪਾਰਟੀਸਪੇਸ਼ਨ ਨਾ ਹੋਵੇ ਤਾਂ ਅੱਜ ਅਸੀਂ ਕੀ ਆਦਮੀ ਇਕੱਲੇ ਲੜਾਈ ਲੜ ਸਕਦੇ ਹੈ ਤਾਂ ਜਾਂ ਫਿਰ ਸਮਾਜ ਦੇ ਵਿੱਚ ਇਵੇਂ ਦਾ ਪੈਟਰੀਆਰਕੀ ਦਾ ਜੋ ਸਟਰਕਚਰ ਹੈ ਉਹਦੇ ਵਿੱਚ ਸਿਰਫ ਆਦਮੀਆਂ ਦੇ ਉੱਤੇ ਕਿਉਂ ਬੋਝ ਰਵੇ ਹਰ ਕਿਸਮ ਦਾ ਕਿ ਉਹਨਾਂ ਦੇ ਵੀ ਤਾਂ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਹੈ ਕਿ ਜੇ ਔਰਤਾਂ ਨੂੰ ਲਿਮਿਟ ਕੀਤਾ ਗਿਆ ਪਿਛਲੇ ਇੰਨੀਆਂ ਸਦੀਆਂ ਤੋਂ ਤਾਂ ਉਹਦੇ ਉੱਤੇ ਕਿ ਆਦਮੀਆਂ ਦੇ ਉੱਤੇ ਵੀ ਇੱਕ ਇਵੇਂ ਦਾ ਬਹੁਤ ਵੱਡਾ ਪ੍ਰੈਸ਼ਰ ਹੈ ਕਿ ਉਹਨਾਂ ਸਾਰੀਆਂ ਲੜਾਈਆਂ ਉਹਨਾਂ ਨੂੰ ਇਕੱਲੀਆਂ ਲੜਨੀਆਂ ਪੈਂਦੀਆਂ ਅਤੇ ਉਹਨਾਂ ਨੂੰ ਦੀਆਂ ਵੀ ਜ਼ਿੰਮੇਦਾਰੀਆਂ ਜੇ ਅਸੀਂ ਕਿਉਂਕਿ ਅਸੀਂ ਬਰਾਬਰ ਅਬਿਲਿਟੀ ਰੱਖਦੇ ਹਾਂ ਔਰਤਾਂ ਕਿਉਂ ਉਹਨਾਂ ਨੂੰ ਇੰਨਾ ਕਿਉਂ ਉਹਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਪੈਦਾ ਹੋ ਰਹੀ ਹੈ ਤਾਂ ਕਿਉਂ ਨਾ ਅਸੀਂ ਇਵੇਂ ਦਾ ਇੱਕ ਸਿਸਟਮ ਖੜਾ ਕਰੀਏ ਜਿਹਦੇ ਵਿੱਚ ਕਿ ਸਾਰੇ ਬਰਾਬਰ ਹੋਣ ਉਹਦੇ ਨਾਲ ਕੀ ਹੈਗਾ ਹੈ ਕਿ ਸਾਰਾ ਸਮਾਜ ਹੀ ਜ਼ਿਆਦਾ ਮਤਲਬ ਖੁਸ਼ਹਾਲ ਅਤੇ ਬਹਾਲ ਰਹੇਗਾ ਉਸ ਤਰੀਕੇ ਦੇ ਨਾਲ। ਤਾਂ ਮੇਨਲੀ ਸਾਡਾ ਮਕਸਦ ਜਿਹੜਾ ਕਰਤੀ ਧਰਤੀ ਦੇ ਦਾ ਨਾਮ ਦਾ ਜਿਹੜਾ ਹੈਗਾ ਹੈ ਉਹਦੇ ਵਿੱਚ ਵੀ ਇਹ ਗੱਲ ਆਉਂਦੀ ਹੈਗੀ ਕਿ ਆਮ ਤੌਰ 'ਤੇ ਗੱਲ ਕੀਤੀ ਜਾਂਦੀ ਕਿ ਕੌਣ ਤੁਹਾਡਾ ਕਰਤਾ ਧਰਤਾ ਹੈ ਤਾਂ ਜਿਹੜਾ ਪਰ ਕਰਤੀ ਧਰਤੀ ਜਿਹੜੀ ਹੈਗੀ ਇੱਕ ਤਰ੍ਹਾਂ ਦੇ ਵਿੱਚ ਧਰਤੀ ਆ ਜਾਂਦੀ ਹੈ ਜਿਹੜੀ ਧਰਤੀ ਹੈਗੀ ਉਹਨੂੰ ਅਸੀਂ ਔਰਤ ਮੰਨਿਆ ਜਾਂਦਾ ਹੈ ਨਾ ਤਾਂ ਫਿਰ ਕਿਉਂ ਜਦੋਂ ਔਰਤ ਤੁਹਾਡੇ ਬਰਾਬਰ ਨਾਲ ਤੁਹਾਡੇ ਨਾਲ ਖੜਨਾ ਚਾਹੁੰਦੀ ਹੈਗੀ ਹੈ ਅਤੇ ਤੁਹਾਨੂੰ ਓਨੀ ਖੁਸ਼ੀ ਮਿਲੇਗੀ ਜਿੰਨੀ ਕਿ ਜ਼ਿੰਦਗੀ 'ਚ ਹੋਰ ਖੁਸ਼ੀਆਂ ਮਿਲਣਗੀਆਂ ਆਈ ਥਿੰਕ ਜੇ ਸਾਰੇ ਬਰਾਬਰ ਹੋਣਗੇ ਤਾਂ ਕਿਉਂ ਕਿਸੇ ਨੂੰ ਨੀਵਾਂ ਰੱਖਣਾ ਅਤੇ ਕਰਤੀ ਜਿਹੜੀ ਹੈਗੀ ਹੈ ਅਤੇ ਕਿਉਂਕਿ ਜੋ ਵੀ ਪਾਰਟੀਸਪੇਸ਼ਨ ਔਰਤ ਦੀ ਹੈਗੀ ਆ ਇਸ ਧਰਨੇ ਦੇ ਵਿੱਚ ਜਾਂ ਫਿਰ ਸਮਾਜਿਕ ਦੇ ਸਟਰਕਚਰ ਵਿੱਚ ਅਤੇ ਕਿਸਾਨੀ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਗੱਲ ਵੀ ਅਸੀਂ ਕਰਨਾ ਚਾਹੁੰਦੇ ਹੈਗੇ ਹਾਂ ਕਿ ਹਰ ਤੌਰ ਦੇ ਵਿੱਚ ਹਰ ਤੌਰ 'ਤੇ ਔਰਤ ਦੀ ਪਾਰਟੀਸਪੇਸ਼ਨ ਦੀ ਗੱਲ ਕਰਨਾ ਚਾਹੁੰਦੇ ਹੈਗੇ ਹਾਂ। ਇਸ ਲਈ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਔਰਤਾਂ ਇਕੱਠੀਆਂ ਹੋ ਕੇ ਇਹ ਗੱਲ ਕਰੀਏ ਤਾਂ ਕਿ ਅਸੀਂ ਸਮਾਜ ਦੇ ਵਿੱਚ ਬੈਲੈਂਸ ਲੈ ਕੇ ਆ ਸਕੀਏ। ਅਤੇ ਮੈਂ ਥੋੜ੍ਹੀ ਗੱਲ ਅਖਬਾਰ ਦੇ ਡਿਜ਼ਾਇਨ ਦੇ ਲੋਗੋ ਦੇ ਬਾਰੇ ਵੀ ਕਰਨਾ ਚਾਹੂੰਗੀ। ਇਹਦੇ ਵਿੱਚ ਜੋ ਸੈਂਟਰ ਦੇ ਵਿੱਚ ਹੈ ਫੁਲਕਾਰੀ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਕਢਾਈ ਨੂੰ ਜਾਂ ਕਲਚਰ ਨੂੰ ਰਿਪ੍ਰਜੈਂਟ ਕਰਨ ਦੇ ਲਈ ਦਿਖਾਇਆ ਜਾਂਦਾ ਤਾਂ ਅਸੀਂ ਕਰਤੀ ਧਰਤੀ ਦੇ ਵਿੱਚ ਫੁਲਕਾਰੀ ਦਾ ਸਾਡੇ ਲਈ ਸਿਰਫ ਇੰਨਾ ਹੀ ਯੋਗਦਾਨ ਨਹੀਂ ਹੈ। ਸਾਡੇ ਲਈ ਇਹਦੇ ਵਿੱਚ ਜੋ ਫੁਲਕਾਰੀ ਹੈ ਇਹਦੇ ਵਿੱਚ ਇਹ ਫੁੱਲਾਂ ਦੇ ਸਿੰਬਲ ਹੈ, ਇਹ ਧਰਤੀ ਨੂੰ ਅਤੇ ਖੇਤੀ ਨੂੰ ਅਤੇ ਕਿਸਾਨੀ ਨੂੰ ਵੀ ਰਿਪ੍ਰਜੈਂਟ ਕਰਦੇ ਕਿ ਕਿਉਂ ਔਰਤਾਂ ਜਿਹੜੀਆਂ ਹੈਗੀਆਂ ਆਪਣੇ ਆਸ ਪਾਸ ਦੇ ਮਾਹੌਲ ਦੇ ਵਿੱਚ ਦੇਖਦੀਆਂ ਹੈ, ਖੇਤੀ ਨੂੰ ਦੇਖਦੀਆਂ ਅਤੇ ਪੈਦਾਵਾਰ ਨੂੰ ਦੇਖਦੀਆਂ ਅਤੇ ਕਿਵੇਂ ਉਹ ਉਹਨਾਂ ਚੀਜ਼ਾਂ ਨੂੰ ਕਲਾ ਦੇ ਰਾਹੀਂ ਉਹ ਆਪਣੇ ਕੱਪੜਿਆਂ ਦੇ ਵਿੱਚ ਅਤੇ ਸਮਾਜ ਦੇ ਨੂੰ ਸਜਾਉਣ ਦੇ ਵਿੱਚ ਆਸ ਪਾਸ ਦੇ ਮਾਹੌਲ ਨੂੰ ਸਜਾਉਣ ਦੇ ਲਈ ਖੇਤੀ ਦਾ ਦੇ ਸਿੰਬਲਸ ਨੂੰ ਇਸਤੇਮਾਲ ਕਰਦੀਆਂ। ਤਾਂ ਇਹ ਚੀਜ਼ ਇਸ ਲੋਗੋ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਦੇ ਵਿੱਚ ਇੱਕ ਫੁਲਕਾਰੀ ਨੂੰ ਵਰਤਿਆ ਹੈ ਅਤੇ ਸਿਰਫ ਇਸ ਲਈ ਸਿਰਫ ਇਹ ਕਢਾਈ ਨਹੀਂ ਹੈ, ਇਹ ਇੱਕ ਕੀ ਕਹਿੰਦੇ ਹੁੰਦੇ ਔਰਤ ਦੀ ਪਾਰਟੀਸਿਪੇਸ਼ਨ ਦਾ ਕਹਿ ਸਕਦੇ ਹਾਂ ਅਸੀਂ ਕਿ ਤਰੀਕਾ ਹੈ ਕਿ ਕਿਵੇਂ ਅਸੀਂ ਖੇਤੀ ਨੂੰ ਦੇਖਦੇ ਹਾਂ। ਅਤੇ ਕਰਤੀ ਧਰਤੀ ਨਾਮ ਦੇ ਬਾਰੇ ਤਾਂ ਅਸੀਂ ਦੱਸਤਾ, ਬਾਕੀ ਸੰਗੀਤ ਥੋੜ੍ਹਾ ਹੋਰ ਖੁੱਲ੍ਹ ਕੇ ਦੱਸਣਗੇ ਇਸ ਦੇ ਬਾਰੇ ਦੇ ਵਿੱਚ ਕਿ ਕਿਵੇਂ ਇਹਦੇ ਅਸੀਂ ਇਸ ਅਖਬਾਰ ਦੇ ਵਿੱਚ ਬਾਕੀ ਸਭ
की गल करना चाहते हाँ तो किवें आने वाले समय के जो यूथ हैगा वो किवें अपने इस प्रेजेंट स्ट्रक्चर दे विच क्योंकि पिछे जो डिवेलपमेंट हुई है खेती की ग्रीन रेवोल्यूशन तो बाद उहदे विच जो नुकसान या फायदे हुए हैगे आ उन आस्पेक्ट्स का बैलेंस समझ के कि अज असी जदों ये धरना खत्म होएगा जदों ये तीन कानून वापस ले जाए जाएंगे तो उस तो बाद असी अगली आने वाली जनरेशन हाँ जिन्हां ने असी खेती करनी हैगी है तो असी इस समझना चाहवांगे कि किवें वह खेती नूं जिहड़ा हैगा कि असी साढ़े समयां दे मुताबक तो साडिया जरूरत के मुताबिक उन्होंने टाल सकीए तो यह सारा कुछ असं कहना चाहते हैं इस अखबार के असी भविख के भी कि असी एवें खेती दे बदलाव लेके आईए तो औरतों की की पार्टीसीपेशन जी हैगी रहेगी या हो सकती है तो संगीत बाकी दसनगे कि होर किड़े असी आसपैक्ट्स डिस्कस करा। हाँ जी, ए एक तो पक्ष ये हो गया कि असी इकोलॉजिकल पक्ष तो इस ਨੂੰ ਅੱਗੇ ਲੈ ਕੇ ਜਾਣਾ ਚਾਹਾਂਗੇ। ਅਸੀਂ ਅੱਜ ਮੂਵਮੈਂਟ ਦੇ ਨਾਲ ਅਲਾਈਨ ਕਰਕੇ ਇਸ ਨੂੰ ਚਲਾਉਣਾ ਚਾਹੁੰਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਕੰਟਰੀਬਿਊਸ਼ਨ ਆ ਉਹ ਸਿਰਫ ਅਲੱਗ ਅਲੱਗ ਸਪੇਸਿਸ ਜਿਹੜੀਆਂ ਬਾਹਰ ਜਾ ਰਹੀਆਂ ਨੇ ਉਹਨਾਂ ਥਰੂ ਨੇ ਅਸੀਂ ਆਪ ਵੀ ਸਪੇਸ ਕ੍ਰੀਏਟ ਕਰ ਸਕਦੇ ਹਾਂ। ਇੱਕ ਜਿਹੜਾ ਬਹੁਤ ਇੰਪੋਰਟੈਂਟ ਪੱਖ ਇਸ ਮੂਵਮੈਂਟ ਦੇ ਵਿੱਚ ਸਾਹਮਣੇ ਆ ਰਿਹਾ ਉਹ ਇਹ ਆ ਕਿ ਜਿਹੜੀਆਂ ਯੰਗ ਵੋਇਸਿਸ ਨੇ ਜਿਹੜੀਆਂ ਯੂਥ ਦੀਆਂ ਵੋਇਸਿਸ ਨੇ ਭਾਵੇਂ ਉਹ ਕਿਤੋਂ ਵੀ ਉੱਠਦੀਆਂ ਉਹਨਾਂ ਨੂੰ ਦਬਾਇਆ ਜਾਂਦਾ ਜਿਹੜੀ ਮੀਡੀਆ ਦੀ ਅਤੇ ਪ੍ਰੈਸ ਦੀ ਫਰੀਡਮ ਆ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਅੱਜ ਕੱਲ੍ਹ ਅਤੇ ਮੈਨੂੰ ਇੱਦਾਂ ਫੀਲ ਹੁੰਦਾ ਕਿ ਸਾਡੀ ਇਹ ਇੱਕ ਪਰਸਨਲ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਕਿ ਜੇ ਓਪਰੇਸ਼ਨ ਚੱਲ ਰਿਹਾ ਤਾਂ ਅਸੀਂ ਜਿਹੜਾ ਸਾਡਾ ਡਾਇਜ਼ੈਂਟ ਆ ਅਸੀਂ ਉਹਨੂੰ ਸ਼ੋਅ ਕਰੀਏ ਅਤੇ ਡਾਇਜ਼ੈਂਟ ਸ਼ੋਅ ਕਰਨ ਦੇ ਲਈ ਅਸੀਂ ਲੁੱਕ ਕੇ ਨਹੀਂ ਹੁਣ ਬਹਿ ਸਕਦੇ। ਸਾਨੂੰ ਇਸ ਸੰਘਰਸ਼ ਨੂੰ ਜੇ ਤਿੱਖਾ ਕਰਨਾ ਤਾਂ ਸਾਡੇ ਕੋਲ ਜਿੰਨੀਆਂ ਵੀ ਵੋਇਸਿਸ ਨੇ ਜਿੰਨੀਆਂ ਵੀ ਸਾਹਮਣੇ ਆ ਸਕਦੀਆਂ ਨੇ ਉਹਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਆ। ਜੇ ਪ੍ਰੈਸ ਦੀ ਫਰੀਡਮ ਨੂੰ ਦਬਾਇਆ ਜਾ ਰਿਹਾ ਤਾਂ ਇਸ ਇਹ ਰਿਸਪੋਂਸੀਬਿਲਿਟੀ ਬਣ ਜਾਂਦੀ ਆ ਸਾਡੀ ਕਿ ਅਸੀਂ ਉਹ ਜਿਹੜੀ ਆਪਣੀ ਫਰੀਡਮ ਆ ਤਾਂ ਵੀ ਉਸ ਨੂੰ ਅਸੀਂ ਵਰਤਦੇ ਰਹੀਏ, ਅਸੀਂ ਉਸ ਤੋਂ ਪਿੱਛੇ ਨਾ ਹਟੀਏ। ਇਹਦੇ ਵਿੱਚ ਹਰ ਤਰ੍ਹਾਂ ਦੇ ਥਰੈਟਸ ਆਉਂਦੇ ਨੇ ਤੁਹਾਨੂੰ, ਇਹਦੇ ਵਿੱਚ ਇੰਟੀਮੀਡੇਸ਼ਨ ਹੁੰਦੀ ਆ, ਉਸ ਇੰਟੀਮੀਡੇਸ਼ਨ ਅਤੇ ਥਰੈਟਸ ਦੇ ਥਰੂ ਅਸੀਂ ਪਰਸਨਲੀ ਜਾ ਰਹੇ ਹਾਂ। ਪਿਛਲੇ 10 ਦਿਨਾਂ ਤੋਂ ਮੇਰੀ ਔਨਲਾਈਨ ਟ੍ਰੋਲਿੰਗ ਹੋ ਰਹੀ ਆ ਅਤੇ ਜਿਸ ਦਿਨ ਅਸੀਂ ਕਰਤੀ ਧਰਤੀ ਲਾਂਚ ਕੀਤਾ ਸੀ ਉਸ ਦਿਨ ਡੈਥ ਥਰੈਟ ਵੀ ਆਇਆ ਅਤੇ ਉਹ ਫੈਮਲੀ ਦੇ ਲਈ ਆਇਆ ਕਿਉਂਕਿ ਉਹ ਫਿਰ ਤੁਹਾਨੂੰ ਦੇਖ ਲੈਂਦੇ ਨੇ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਫੈਮਲੀ ਦੇ ਵਿੱਚ ਕੌਣ ਕੌਣ ਨੇ। ਪਰ ਫਿਰ ਵੀ ਕੀਪਿੰਗ ਦੋਜ਼ ਥਿੰਗਸ ਅਸਾਈਡ, ਇਹ ਇੱਕ ਇੰਪੋਰਟੈਂਟ ਰਿਸਪੋਂਸੀਬਿਲਿਟੀ ਹੈ ਕਿ ਅਸੀਂ ਇੰਟੀਮੀਡੇਟ ਨਾ ਹੋਈਏ, ਕਿ ਅਸੀਂ ਡਰ ਕੇ ਬੈਠੀਏ ਨਾ, ਕਿਉਂਕਿ ਜੇ ਅਸੀਂ ਡਰ ਕੇ ਬਹਿ ਜਾਂਗੇ ਤਾਂ ਅੱਜ ਅਸੀਂ ਇਸ ਮੂਵਮੈਂਟ ਨੂੰ ਅੱਗੇ ਨਹੀਂ ਲੈ ਕੇ ਜਾ ਸਕਾਂਗੇ। ਅਤੇ ਜਿਸ ਹਿਸਾਬ ਨਾਲ ਸਾਡੇ ਲੋਕ ਸਾਡੀਆਂ ਬੀਬੀਆਂ ਸਾਡੇ ਬਾਬੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਕਿ ਜਿਹੜਾ ਸਾਨੂੰ ਇਤਿਹਾਸ ਦੇ ਵਿੱਚ ਮਿਲਿਆ, ਜਿਹੜਾ ਸਾਨੂੰ ਟ੍ਰੈਡੀਸ਼ਨ ਦੇ ਵਿੱਚ ਮਿਲਿਆ ਡਾਇਜੈਂਟ, ਉਹਨੂੰ ਉਹ ਅੱਗੇ ਲੈ ਕੇ ਜਾ ਰਹੇ ਨੇ, ਤਾਂ ਸਾਡੀਆਂ ਯੂਥ ਦੀਆਂ ਵੋਇਸਿਸ ਹੋਰ ਵੀ ਇੰਪੋਰਟੈਂਟ ਹੋ ਜਾਂਦੀਆਂ ਨੇ ਕਿ ਅਸੀਂ ਇੱਕ ਐਨਰਜੀ ਦੇ ਨਾਲ ਇਸ ਚੀਜ਼ ਨੂੰ ਜਾਰੀ ਰੱਖੀਏ। ਤਾਂ ਕਰਤੀ ਧਰਤੀ ਨੂੰ ਵਿਮੈਨ ਵੱਲੋਂ ਚਲਾਉਣ ਦਾ ਇੱਕ ਹੋਰ ਵੀ ਪੱਖ ਜੋ ਮੇਰੇ ਮਾਇੰਡ ਦੇ ਵਿੱਚ ਹਮੇਸ਼ਾ ਰਿਹਾ ਹੈ ਉਹ ਇਹ ਹੈ ਕਿ ਜਿਹੜੀਆਂ ਅਥੋਰੀਟੇਰੀਅਨ ਸਰਕਾਰਾਂ ਹੁੰਦੀਆਂ ਨੇ ਉਹ ਵੁਮੈਨ ਤੋਂ ਡਰਦੀਆਂ ਹੁੰਦੀਆਂ ਹਮੇਸ਼ਾ। ਉਹਨਾਂ ਨੂੰ ਲੱਗਦਾ ਹੁੰਦਾ ਚੈਲੰਜ ਬੰਦਿਆਂ ਵੱਲੋਂ ਤਾਂ ਆ ਜਾਵੇ ਪਰ ਵੁਮੈਨ ਵੱਲੋਂ ਨਾ ਆਵੇ, ਜਦੋਂ ਹੀ ਵੁਮੈਨ ਵੱਲੋਂ ਚੈਲੰਜ ਆਉਂਦਾ ਉਹਨੂੰ ਦਬਾਉਂਦੇ ਨੇ ਕਿਉਂਕਿ ਇਹਦੇ ਵਿੱਚ ਉਹ ਜੈਂਡਰ ਵਾਲੀ ਗੱਲ ਆ ਜਾਂਦੀ ਹੈ। ਤਾਂ ਇੱਕ ਵੁਮੈਨ ਲੈਡ ਅਖਬਾਰ ਆ ਜਿਹੜਾ ਉਸ ਨੂੰ ਚਲਾਉਣਾ ਅਤੇ ਉਹਦੇ ਥਰੂ ਆਪਣੀ ਗੱਲ ਕਹਿਣੀ ਅਤੇ ਆਪਣਾ ਫਰੀਡਮ ਜਿਹੜਾ ਹੈ ਜਾਂ ਟਰੁੱਥ ਨੂੰ ਪੇਸ਼ ਕਰਨ ਦਾ ਜਿਹੜਾ ਫਰੀਡਮ ਹੈ ਉਸ ਨੂੰ ਯੂਜ਼ ਕਰਨਾ, ਇਹ ਮੈਨੂੰ ਪੱਖ ਜਿਹੜਾ ਵਾ ਬੜਾ ਇੰਪੋਰਟੈਂਟ ਲੱਗਿਆ। ਅਤੇ ਸਾਡੀਆਂ ਵੋਇਸਿਸ ਗਰਾਊਂਡ ਤੋਂ ਨੇ ਜਿਹੜੀਆਂ ਔਰਤਾਂ ਪਾਰਟੀਸੀਪੇਟ ਕਰਦੀਆਂ ਨੇ, ਜਿਹੜੇ ਬਾਬੇ ਪਾਰਟੀਸੀਪੇਟ ਕਰ ਰਹੇ ਨੇ, ਉਹਨਾਂ ਦੇ ਥਰੂ ਹੈ ਸਾਡਾ ਸਾਰਾ ਕੁਛ। ਤਾਂ ਇਸ ਕਰਕੇ ਜੇ ਇੱਕ ਜਿਹੜੀ ਇੰਪੋਰਟੈਂਟ ਹੋਰ ਵੀ ਗੱਲ ਹੈ ਕਿ ਸਾਡਾ ਜਿਹੜਾ ਯੂਥ ਇਸ ਮੂਵਮੈਂਟ ਤੋਂ ਬਾਅਦ ਉਹਦੇ ਵਿੱਚ ਇੱਕ ਉਹਨੂੰ ਜਗਾਇਆ ਗਿਆ ਹੈ, ਇਸ ਮੂਵਮੈਂਟ ਨੇ ਜਗਾਇਆ ਯੂਥ ਨੂੰ ਵੀ ਜਗਾਇਆ, ਜੇ ਅਸੀਂ ਜਗੇ ਹਾਂ ਤਾਂ ਬਾਕੀ ਦੇ ਵੀ ਜਗੇ ਨੇ। ਤਾਂ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਡਿਸਾਈਡ ਕਰਨਾ ਕਿ ਤੁਹਾਡੀ ਪਾਰਟੀਸੀਪੇਸ਼ਨ ਕਿੱਥੇ ਅਤੇ ਕਿਵੇਂ ਹੋਊਗੀ, ਕਿਉਂਕਿ ਇਹ ਰੀਅਲਾਈਜ਼ ਕਰਨਾ ਵੀ ਬੜਾ ਇੰਪੋਰਟੈਂਟ ਆ ਕਿ ਤੁਹਾਡੀ ਜਗ੍ਹਾ ਕੀ ਆ ਮੂਵਮੈਂਟ ਦੇ ਵਿੱਚ। ਤੁਸੀਂ ਮੂਵਮੈਂਟ ਨਹੀਂ ਹੋ, ਮੂਵਮੈਂਟ ਉਹ ਲੋਕ ਸਾਰੇ ਲੋਕ ਨੇ ਜਿਹੜੇ ਇੱਥੇ ਬੈਠੇ ਨੇ, ਜਿਹੜੇ 6 ਮਹੀਨਿਆਂ ਤੋਂ ਬੈਠੇ ਨੇ, ਜਿਹੜੇ ਉਸ ਤੋਂ ਵੀ ਪਹਿਲਾਂ ਔਰਗੇਨਾਈਜ਼ ਹੋਏ ਨੇ, ਜਿਹੜੇ ਸਾਲਾਂ ਬੱਧੀ ਔਰਗੇਨਾਈਜ਼ ਕਰ ਰਹੇ ਨੇ, ਉਹ ਲੋਕ ਮੂਵਮੈਂਟ ਨੇ।
ਆਪਾਂ ਤਾਂ ਉਸ ਚੀਜ਼ ਨੂੰ ਸਟਰੈਂਥਨ ਕਰਨਾ ਆ ਅਤੇ ਉਹ ਸਟਰੈਂਥਨ ਕਰਨ ਦੇ ਲਈ ਸਾਡੇ ਕੋਲ ਕਿਹੜੀਆਂ ਚੀਜ਼ਾਂ ਨੇ, ਕਿਹੜੀ ਉਹ ਕਲਾ ਵਾ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਸਾਨੂੰ ਲੱਗਿਆ ਕਿ ਸਾਡੇ ਕੋਲ ਜਿਹੜੀ ਕਲਾ ਆ ਉਹ ਲਿਖਣ ਦੀ ਕਲਾ ਆ, ਸਾਡੇ ਕੋਲ ਜਿਹੜੀ ਕਲਾ ਉਹ ਨਾ ਡਰਨ ਦੀ ਕਲਾ ਵੀ ਆ, ਕਿਉਂਕਿ ਡਰਨਾ ਡਰ ਜਾਂਦਾ ਬੰਦਾ। ਤਾਂ ਅਸੀਂ ਇਹ ਕਲਾ ਨੂੰ ਯੂਜ਼ ਕਰਕੇ ਇਸ ਮੂਵਮੈਂਟ ਨੂੰ ਸਟਰੈਂਥਨ ਕਰਨ ਦਾ ਏਮ ਰੱਖਦੇ ਹਾਂ। ਅਤੇ ਅਸੀਂ ਇਹ ਵੀ ਹੋਪ ਕਰਦੇ ਹਾਂ ਕਿ ਜਿਹੜੇ ਸਾਡੇ ਸਾਥੀ ਕਿਤੇ ਵੀ ਬੈਠੇ ਨੇ, ਜਿਹੜੇ ਕਿਸੇ ਵੀ ਤਰੀਕੇ ਨਾਲ ਪਾਰਟੀਸਿਪੇਟ ਜਾਂ ਕੰਟਰੀਬਿਊਟ ਕਰ ਸਕਦੇ ਨੇ, ਉਹ ਜ਼ਰੂਰ ਕਰਨ, ਕਿਉਂਕਿ ਜਦੋਂ ਵੀ ਕੋਈ ਮੂਵਮੈਂਟ ਚੱਲਦੀ ਆ ਉਹਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ। ਜਦੋਂ ਉਹਦੇ ਵਿੱਚ ਚੜ੍ਹਾਅ ਆਉਂਦੇ ਨੇ ਤਾਂ ਆਪਾਂ ਸਾਰੇ ਪਾਰਟੀਸਿਪੇਟ ਕਰਦੇ ਹਾਂ, ਪਰ ਜਦੋਂ ਥੱਲੇ ਜਾਂਦੀ ਆ ਮੂਵਮੈਂਟ, ਕਿਉਂਕਿ ਇਹ ਹੋਣਾ ਹੀ ਹੁੰਦਾ ਆ, ਤਾਂ ਉਹਦੇ ਵਿੱਚ ਉਸ ਟਾਈਮ ਦੇ ਉੱਤੇ ਡਟੇ ਰਹਿਣਾ ਬਹੁਤ ਜ਼ਰੂਰੀ ਆ। ਤਾਂ ਇਹ ਡਟੇ ਰਹਿਣ ਦੇ ਉਪਰਾਲੇ ਸਾਨੂੰ ਯੂਥ ਨੂੰ ਆਪਣੇ ਆਪਣੇ ਹਿਸਾਬ ਨਾਲ ਦੇਖਣਾ ਪੈਣਾ ਕਿ ਸਾਡੇ ਕੋਲ ਕਿਹੜੀ ਕਲਾ ਹੈ ਜਿਹਦੇ ਨਾਲ ਅਸੀਂ ਡਟੇ ਰਹਿ ਸਕਦੇ ਹਾਂ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਅੱਜ ਇਹ ਪਲੈਟਫਾਰਮ ਦਿੱਤਾ ਗਿਆ ਇੱਥੇ ਗੱਲ ਕਰਨ ਦਾ, ਇਹਦੇ ਲਈ ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਆਪਣੀ ਗੱਲ ਅੱਗੇ ਰੱਖਣ ਦਾ ਮੌਕਾ ਦਿੱਤਾ ਗਿਆ। ਅਤੇ ਅਸੀਂ ਹੋਪ ਕਰਦੇ ਹਾਂ ਕਿ ਅਸੀਂ ਆਪਣੇ ਇਸ ਉਪਰਾਲੇ ਨੂੰ ਮੂਵਮੈਂਟ ਦੇ ਨਾਲ ਅਲਾਈਨ ਕਰਦੇ ਹੋਏ, ਸਾਡੇ ਲੋਕਾਂ ਦੇ ਨਾਲ ਅਲਾਈਨ ਕਰਦੇ ਹੋਏ ਇਸ ਨੂੰ ਅੱਗੇ ਲੈ ਕੇ ਜਾਵਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।